जेकर मैं तुहानू पुछां कि यह ब्रह्मंड की सब तो जटिल जां कहीए कॉम्प्लीकेटड अते ताकतवर चीज़ किहड़ी है तां इह सुण के तुसीं सोचदे विच पै जाओगे पर तुसीं इह जाण के हैरान रह जाओगे कि यह चीज़ साडे शरीर के अंदर ही है जिसनू असीं दिमाग जां कहीए ब्रेन कहिंदे हां। साडा दिमाग हर रोज 6200 तों वध वार सोचदा है ते हर रोज 100 अरब तों वध वार साडे शरीर नू संकेत दिंदा है ते इस करके यह ब्रह्मंड की सब तो कॉम्प्लीकेटड जां कहीए जटिल मशीन है। पुराने समयां दे विच दिमाग के ऑपरेशन नू समझना ते उहनां नू साइंस की भाषा दे विच डीकोड करना काफी ज्यादा मुश्किल हुंदा सी पर अज साडे कोल आधुनिक साधन ने जिन्हां दे कारण असीं साडे दिमाग दी पूरी 3D इमेज बना के उसके फंक्शन ते उसके काम करन दे तरीके नूं समझ सकदे हां। पर इन्नी ज्यादा मॉडर्न टेक्नोलॉजी होण दे बावजूद भी साडे दिमाग दे विच कई अजिहियां चीज़ां भी ने जिन्हां नूं साइंस अज तक भी नहीं समझ सकी। तुहानूं इह जाण के काफी हैरानी होवेगी कि कुछ लोगों का दिमाग धरती की मैगनैटिक फील्ड नूं भी महसूस कर सकता है जिस नूं कि बहुत सारे लोग अपनी पूरी जिंदगी दे विच कदे भी महसूस नहीं कर पाउंदे। असीं अज तक इह भी नहीं जाण सके कि साडे अंदर जिहड़ी चेतना है उसनूं इह मशीन जाणी कि साडा दिमाग किवें कंट्रोल करदा है। क्यों असीं कदे कदे चलदे समें अपने पैरां तक दी आवाज़ नूं भी नहीं सुण पाउंदे जदकि असीं किसे होर दे पैरां दी आहट नूं झट दिने सुण लैंदे हां। किसे भाषा नूं सिखण दे समें साडा दिमाग किवें काम करदा है ते इह अपने अंदर किन्ना डाटा स्टोर कर सकदा है। अज दी इस वीडियो दे विच असीं तुहानूं दिमाग दे नाल जुड़े हुए अजिही रोचक तत्थ दस्सांगे। सो जुड़े रहो मेरे नाल, मैं हां तुहाडा होस्ट जसप्रीत सिंह, तुसीं देख रहे हो जोग टीवी। ਇਹ ਗੱਲ ਤਾਂ ਅਸੀਂ ਬਚਪਨ ਤੋਂ ਹੀ ਜਾਣਦੇ ਹਾਂ ਕਿ ਸਾਡਾ ਦਿਮਾਗ ਸਾਡੇ ਨਰਵਸ ਸਿਸਟਮ ਜਾਂ ਕਿ ਇਹ ਮਾਸਪੇਸ਼ੀਆਂ ਦਾ ਕਮਾਂਡ ਸੈਂਟਰ ਹੁੰਦਾ ਹੈ ਜਿੱਥੇ ਸਾਡੇ ਸਰੀਰ ਤੋਂ ਆਉਣ ਵਾਲੇ ਸਾਰੇ ਸਿਗਨਲ ਨੂੰ ਰਿਸੀਵ ਕਰਦਾ ਹੈ ਤੇ ਉਹਨਾਂ ਸਾਰੇ ਸਿਗਨਲ ਦੀ ਜਾਣਕਾਰੀ ਦਾ ਆਊਟਪੁੱਟ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਭੇਜਦਾ ਹੈ। ਇਸ ਦੇ ਕਾਰਨ ਹੀ ਤੁਸੀਂ ਆਪਣੇ ਹੱਥ ਤੇ ਪੈਰ ਹਿਲਾਉਂਦੇ ਹੋ ਤੇ ਆਪਣੇ ਰੋਜ਼ਮਰ੍ਹਾ ਦੇ ਕੰਮ ਕਰਦੇ ਹੋ। ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਦਿਮਾਗ ਨੂੰ ਇਹ ਸਾਰੇ ਕੰਮ ਕਰਨ ਦੇ ਲਈ ਬਹੁਤ ਸਾਰੀ ਊਰਜਾ ਦੀ ਲੋੜ ਪੈਂਦੀ ਹੈ? ਸਾਡੇ ਦਿਮਾਗ ਦੇ ਵਿੱਚ ਮੌਜੂਦ 86 ਬਿਲੀਅਨ ਤੋਂ ਵੱਧ ਨਰਵਸ ਸੈਲਸ ਭਾਵ ਕਿ ਨਿਊਟ੍ਰੋਨਸ ਲਗਾਤਾਰ ਇਲੈਕਟ੍ਰਿਕ ਸਿਗਨਲ ਨੂੰ ਰਿਸੀਵ ਕਰਦੇ ਨੇ। ਇਹ ਸਿਗਨਲ ਬਹੁਤ ਛੋਟੇ ਜਿਹੇ ਇਲੈਕਟ੍ਰਿਕ ਇੰਪਲਸ ਹੁੰਦੇ ਹਨ, ਇਸ ਕਰਕੇ ਸਾਡੇ ਸਰੀਰ ਦੀ 20% ਊਰਜਾ ਦੀ ਵਰਤੋਂ ਕਰਦੇ ਨੇ। ਸਾਡੇ ਸਰੀਰ ਦੇ ਵਿੱਚ ਸਭ ਤੋਂ ਵੱਧ ਊਰਜਾ ਜਾਂ ਕਹੀਏ એનર્ਜੀ ਦੀ ਵਰਤੋਂ ਸਾਡਾ ਦਿਮਾਗ ਹੀ ਕਰਦਾ ਹੈ। ਇੰਨੀ ਜ਼ਿਆਦਾ ਊਰਜਾ ਦੀ ਵਰਤੋਂ ਹੋਣ ਦੇ ਕਾਰਨ ਹੀ ਤੁਸੀਂ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਤੁਸੀਂ ਜ਼ਿਆਦਾ ਸੋਚਦੇ ਹੋ ਤਾਂ ਤੁਹਾਨੂੰ ਬਹੁਤ ਜਲਦੀ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਹ ਤਾਂ ਸੀ ਜੀ ਊਰਜਾ ਦੀ ਗੱਲ, ਹੁਣ ਅਸੀਂ ਤੁਹਾਨੂੰ ਦਿਮਾਗ ਦੇ ਨਾਲ ਜੁੜੀ ਹੋਈ ਇੱਕ ਅਜਿਹੀ ਰਿਸਰਚ ਵੱਲ ਲੈ ਕੇ ਜਾਂਦੇ ਹਾਂ ਜਿਸ ਨੇ ਵਿਗਿਆਨੀਆਂ ਨੂੰ ਵੀ ਹੈਰਾਨ ਕਰ ਦਿੱਤਾ ਸੀ। ਜਦੋਂ ਵਿਗਿਆਨੀਆਂ ਨੇ ਪਹਿਲੀ ਵਾਰ ਇਹ ਦੇਖਿਆ ਕਿ ਸਾਡੀ ਧਰਤੀ ਦੀ ਮੈਗਨੈਟਿਕ ਫੀਲਡ ਨੂੰ ਸਾਡਾ ਦਿਮਾਗ ਮਹਿਸੂਸ ਕਰ ਸਕਦਾ ਹੈ। ਆਮ ਤੌਰ ਤੇ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਦੀ ਮੈਗਨੈਟਿਕ ਫੀਲਡ ਨੂੰ ਕੁਝ ਜਾਨਵਰ ਹੀ ਮਹਿਸੂਸ ਕਰਦੇ ਨੇ ਤੇ ਉਹ ਇਸ ਦੇ ਰਾਹੀਂ ਆਪਣਾ ਰਸਤਾ ਲੱਭਦੇ ਨੇ। ਇਸ ਮੈਗਨੈਟਿਕ ਫੀਲਡ ਦੇ ਸਹਾਰੇ ਇਹ ਜਾਨਵਰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੇ ਹਨ। ਹਾਲ ਹੀ ਦੇ ਵਿੱਚ ਹੋਈ ਰਿਸਰਚ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਕੁਝ ਜਾਨਵਰਾਂ ਦੇ ਉੱਪਰ ਹੀ ਨਹੀਂ ਬਲਕਿ ਇਨਸਾਨ ਦੇ ਦਿਮਾਗ ਦੇ ਉੱਪਰ ਵੀ ਮੈਗਨੈਟਿਕ ਫੀਲਡ ਦਾ ਕਾਫੀ ਜ਼ਿਆਦਾ ਪ੍ਰਭਾਵ ਪੈਂਦਾ ਹੈ। ਵਿਗਿਆਨੀਆਂ ਨੇ ਇਸ ਦੇ ਪ੍ਰਭਾਵ ਨੂੰ ਦੇਖਣ ਦੇ ਲਈ 34 ਲੋਕਾਂ ਨੂੰ ਇੱਕ ਆਰਟੀਫੀਸ਼ੀਅਲ ਮੈਗਨੈਟਿਕ ਫੀਲਡ ਦੇ ਅੱਗੇ ਬਿਠਾਇਆ ਸੀ ਤੇ ਫਿਰ ਇਹਨਾਂ ਸਾਰਿਆਂ ਦੇ ਦਿਮਾਗ ਨੂੰ ਸਕੈਨ ਕੀਤਾ ਗਿਆ ਤੇ 34 ਲੋਕਾਂ ਦੇ ਵਿੱਚ 4 ਲੋਕਾਂ ਦੇ ਦਿਮਾਗ ਦੇ ਅੰਦਰ ਇਸ ਚੀਜ਼ ਦੇ ਸੰਕੇਤ ਮਿਲੇ ਸਨ ਜਿਹੜੇ ਕਿ ਪਹਿਲੀ ਵਾਰ ਇਸ ਚੀਜ਼ ਦੀ ਪੁਸ਼ਟੀ ਕਰਦੇ ਨੇ ਕਿ ਸਾਡਾ ਦਿਮਾਗ ਧਰਤੀ ਦੀ ਮੈਗਨੈਟਿਕ ਫੀਲਡ ਨੂੰ ਵੀ ਡਿਟੈਕਟ ਕਰ ਸਕਦਾ ਹੈ। ਇਹ ਰਿਸਰਚ ਸਾਨੂੰ ਇਹ ਵੀ ਸੰਕੇਤ ਦਿੰਦੀ ਹੈ ਕਿ ਜਦੋਂ ਕੋਈ ਇਨਸਾਨ ਧਰਤੀ ਨੂੰ ਛੱਡ ਕੇ ਕਿਸੇ ਦੂਜੇ ਗ੍ਰਹਿ ਤੇ ਵਸਣਾ ਚਾਹੇਗਾ ਜੇ ਉਸ ਗ੍ਰਹਿ ਦੇ ਉੱਪਰ ਮੈਗਨੈਟਿਕ ਫੀਲਡ ਧਰਤੀ ਦੀ ਮੈਗਨੈਟਿਕ ਫੀਲਡ ਤੋਂ ਜ਼ਿਆਦਾ ਹੋਈ ਤਾਂ ਇਸ ਦਾ ਅਸਰ ਸਾਡੇ ਦਿਮਾਗ ਦੇ ਉੱਪਰ ਪਵੇਗਾ। ਦਿਮਾਗ ਸਾਨੂੰ ਇੱਥੇ ਤੱਕ ਹੀ ਇਕੱਲਾ ਹੈਰਾਨ ਨਹੀਂ ਕਰਦਾ। ਇੱਕ ਨਵੀਂ ਰਿਸਰਚ ਦੇ ਵਿੱਚ ਇਹ ਵੀ ਪਤਾ ਲੱਗਿਆ ਹੈ ਕਿ ਤੁਹਾਡਾ ਦਿਮਾਗ ਕਈ ਤਰ੍ਹਾਂ ਦੀਆਂ ਆਵਾਜ਼ਾਂ ਨੂੰ ਆਪਣੇ ਆਪ ਫਿਲਟਰ ਕਰ ਦਿੰਦਾ ਹੈ ਜਿਸ ਦੇ ਕਾਰਨ ਤੁਸੀਂ ਬਹੁਤ ਸਾਰੀਆਂ ਆਵਾਜ਼ਾਂ ਨੂੰ ਸੁਣ ਹੀ ਨਹੀਂ ਪਾਉਂਦੇ। ਕਈ ਵਾਰ ਤੁਸੀਂ ਧਿਆਨ ਦਿੱਤਾ ਹੋਣਾ ਹੈ ਕਿ ਚੱਲਦੇ ਸਮੇਂ ਤੁਸੀਂ ਆਪਣੇ ਪੈਰਾਂ ਦੀ ਆਵਾਜ਼ ਨੂੰ ਨਹੀਂ ਸੁਣ ਪਾਉਂਦੇ ਪਰ ਜੇਕਰ ਉੱਥੇ ਹੀ ਕੋਈ ਹੋਰ ਤੁਹਾਡੇ ਵੱਲ ਚੱਲ ਕੇ ਆ ਰਿਹਾ ਹੋਵੇਗਾ ਤਾਂ ਤੁਸੀਂ ਉਸ ਦੇ ਪੈਰਾਂ ਦੀ ਆਵਾਜ਼ ਨੂੰ ਝੱਟ ਸੁਣ ਲੈਂਦੇ ਹੋ। ਅਜਿਹਾ ਇਸ ਕਰਕੇ ਹੁੰਦਾ ਹੈ ਕਿ ਸਾਡਾ ਦਿਮਾਗ ਨੋਇਸ ਫਿਲਟਰ ਦੀ ਤਰ੍ਹਾਂ ਕੰਮ ਕਰਦਾ ਹੈ। ਹਾਲ ਹੀ ਦੇ ਵਿੱਚ ਚੂਹਿਆਂ ਦੇ ਉੱਪਰ ਹੋਈ ਇੱਕ ਰਿਸਰਚ ਤੋਂ ਪਤਾ ਲੱਗਿਆ ਹੈ ਕਿ ਚੂਹੇ ਦਾ ਦਿਮਾਗ ਉਸ ਦੇ ਪੈਰਾਂ ਦੀ ਆਵਾਜ਼ ਨੂੰ ਫਿਲਟਰ ਕਰ ਦਿੰਦਾ ਹੈ ਜਿਸ ਕਰਕੇ ਚੂਹੇ ਨੂੰ ਆਪਣੇ ਪੈਰਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ। ਇਸ ਕਾਰਨ ਕਰਕੇ ਹੀ ਚੂਹਾ ਆਪਣੇ ਆਲੇ ਦੁਆਲੇ ਦੀਆਂ ਦੂਜੀਆਂ ਆਵਾਜ਼ਾਂ ਨੂੰ ਧਿਆਨ ਦੇ ਨਾਲ ਸੁਣਦਾ ਹੈ ਤੇ ਆਪਣੇ ਆਪ ਨੂੰ ਸ਼ਿਕਾਰੀਆਂ ਤੋਂ ਬਚਾਉਂਦਾ ਹੈ। ਚੂਹੇ ਅਤੇ ਇਨਸਾਨਾਂ ਦਾ ਦਿਮਾਗ ਲਗਭਗ ਇੱਕੋ ਜਿਹਾ ਹੁੰਦਾ ਹੈ। ਇਸ ਕਰਕੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹਨਾਂ ਕਾਰਨਾਂ ਕਰਕੇ ਅਸੀਂ ਆਪਣੇ ਪੈਰਾਂ ਦੀ ਆਵਾਜ਼ ਨੂੰ ਨਹੀਂ ਸੁਣ ਪਾਉਂਦੇ। ਸਾਡਾ ਦਿਮਾਗ ਸਿਰਫ ਪੈਰਾਂ ਦੀ ਆਵਾਜ਼ਾਂ ਤੱਕ ਹੀ ਸੀਮਤ ਨਹੀਂ ਹੈ, ਇਹ ਹੋਰ ਵੀ ਕਈ ਆਵਾਜ਼ਾਂ ਨੂੰ ਫਿਲਟਰ ਕਰਕੇ ਸਾਨੂੰ ਸੌਣ ਦੇ ਵਿੱਚ ਮਦਦ ਕਰਦਾ ਹੈ ਤੇ ਸਾਡੇ ਸੁਪਨਿਆਂ ਨੂੰ ਵੀ ਕੰਟਰੋਲ ਕਰਦਾ ਹੈ। ਸਾਡਾ ਦਿਮਾਗ ਜ਼ਿਆਦਾਤਰ ਆ ਰਹੀਆਂ ਆਵਾਜ਼ਾਂ ਨੂੰ ਫਿਲਟਰ ਕਰਦਾ ਹੈ ਤੇ ਸਿਰਫ ਕੰਮ ਦੀਆਂ ਆਵਾਜ਼ਾਂ ਨੂੰ ਹੀ ਸਾਡੇ ਤੱਕ ਆਉਣ ਦਿੰਦਾ ਹੈ। ਹੁਣ ਅਸੀਂ ਅੱਗੇ ਚੱਲਦੇ ਹਾਂ ਤੇ ਸਮਝਦੇ ਹਾਂ ਕਿ ਸਾਡੇ ਦਿਮਾਗ ਦੇ ਅੰਦਰ ਜਿਹੜੀ ਚੇਤਨਾ ਹੈ ਉਹ ਕਿਉਂ ਹੁੰਦੀ ਹੈ ਤੇ ਅੱਜ ਤੱਕ ਵਿਗਿਆਨੀ ਇਸ ਦੇ ਬਾਰੇ ਸਹੀ ਤਰੀਕੇ ਨਾਲ ਕਿਉਂ ਨਹੀਂ ਸਮਝ ਸਕੇ। ਸਾਡੇ ਦਿਮਾਗ ਦੇ ਅੰਦਰ ਜੋ ਹਜ਼ਾਰਾਂ ਵਿਚਾਰ ਤੇ ਭਾਵਨਾ ਨੇ ਉਹ ਕਿੱਥੋਂ ਪੈਦਾ ਹੁੰਦੀਆਂ ਨੇ, ਇਨਸਾਨ ਦਾ ਮਨ ਕੀ ਹੈ ਤੇ ਉਹ ਵਿਗਿਆਨ ਦੀ ਸਮਝ ਤੋਂ ਇੰਨਾ ਕਿਉਂ ਦੂਰ ਹੈ, ਜੇ ਚੇਤਨਾ ਦੀ ਗੱਲ ਕਰੀਏ ਤਾਂ ਇਹ ਇੱਕ ਸ਼ਕਤੀ ਹੁੰਦੀ ਹੈ ਜਿਸ ਦੇ ਨਾਲ ਤੁਸੀਂ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸਮਝਦੇ ਹੋ। ਵਿਗਿਆਨੀ ਹਮੇਸ਼ਾ ਸਾਡੇ ਮਨ ਅਤੇ ਦਿਮਾਗ ਦੇ ਵਿਚਕਾਰ ਹੀ ਉਲਝੇ ਰਹਿੰਦੇ ਨੇ। ਹਾਲ ਹੀ ਦੇ ਵਿੱਚ ਹੋਈ ਇੱਕ ਰਿਸਰਚ ਦੇ ਵਿੱਚ ਵਿਗਿਆਨੀਆਂ ਨੇ ਮੰਨਿਆ ਹੈ ਕਿ ਚੇਤਨਾ ਸਾਡੇ ਦਿਮਾਗ ਦੇ ਅੱਗੇ ਵਾਲੇ ਹਿੱਸੇ ਜਿਸ ਨੂੰ ਫਰੰਟੀਅਲ ਪੋਲ ਕੋਲਟ੍ਰਿਕਸ ਕਹਿੰਦੇ ਹਨ ਉਸ ਦੇ ਉੱਪਰ ਨਿਰਭਰ ਕਰਦੀ ਹੈ। ਇਨਸਾਨੀ ਦਿਮਾਗ ਦਾ ਇਹੀ ਹਿੱਸਾ ਸਾਨੂੰ ਜਾਨਵਰਾਂ ਤੋਂ
ਵੱਖ ਕਰਦਾ ਹੈ ਤੇ ਸਾਨੂੰ ਉਹਨਾਂ ਤੋਂ ਐਡਵਾਂਸ ਬਣਾਉਂਦਾ ਹੈ। ਇਸ ਕਾਰਨ ਹੀ ਅਸੀਂ ਜਾਨਵਰਾਂ ਤੋਂ ਜ਼ਿਆਦਾ ਸੋਚ ਸਕਦੇ ਹਾਂ ਤੇ ਉਹਨਾਂ ਤੋਂ ਵਧੀਆ ਕੰਮ ਕਰ ਸਕਦੇ ਹਾਂ। ਹੁਣ ਅਸੀਂ ਆਪਣੇ ਦਿਮਾਗ ਨੂੰ ਥੋੜਾ ਕੰਪਿਊਟਰ ਸਾਇੰਸ ਦੀ ਮਦਦ ਦੇ ਨਾਲ ਸਮਝਦੇ ਹਾਂ ਕਿ ਸਾਡਾ ਦਿਮਾਗ ਕਿੰਨਾ ਡਾਟਾ ਸਟੋਰ ਕਰ ਸਕਦਾ ਹੈ ਤੇ ਸਾਨੂੰ ਨਵੀਂ ਭਾਸ਼ਾ ਸਿੱਖਣ ਦੇ ਲਈ ਕਿੰਨੀ ਮੈਮਰੀ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਆਪਣੀ ਮਾਂ ਬੋਲੀ ਨੂੰ ਪੂਰੀ ਤਰ੍ਹਾਂ ਦੇ ਨਾਲ ਸਮਝਣਾ ਹੈ ਤਾਂ ਤੁਹਾਨੂੰ 1.5 MB ਡਾਟਾ ਦੀ ਲੋੜ ਪਵੇਗੀ। ਹਾਲਾਂਕਿ ਸਾਡਾ ਦਿਮਾਗ ਕੰਪਿਊਟਰ ਦੀ ਤਰ੍ਹਾਂ ਮੈਮਰੀ ਦੇ ਵਿੱਚ ਡਾਟਾ ਨਹੀਂ ਸਟੋਰ ਕਰਦਾ, ਉਹ ਇਸ ਨੂੰ ਅਲੱਗ ਅਲੱਗ 26 ਤਰੀਕਿਆਂ ਦੇ ਨਾਲ ਸਟੋਰ ਕਰਦਾ ਹੈ। ਇਸ ਲਈ ਤੁਹਾਨੂੰ ਆਪਣੀ ਮਾਂ ਬੋਲੀ ਸਿੱਖਣ ਦੇ ਲਈ ਸਿਰਫ 1.5 MB ਜਾਂ ਕਹੀਏ 1.25 ਕਰੋੜ ਬਿਟਸ ਡਾਟਾ ਦੀ ਲੋੜ ਪਵੇਗੀ। ਇਸ ਦੇ ਵਿੱਚ ਹੀ ਤੁਸੀਂ ਆਪਣੀ ਭਾਸ਼ਾ ਦੇ ਸਾਰੇ ਸ਼ਬਦਾਂ ਨੂੰ ਸਟੋਰ ਕਰ ਸਕੋਗੇ। ਸਾਡਾ ਦਿਮਾਗ ਇੰਨਾ ਜ਼ਿਆਦਾ ਐਡਵਾਂਸ ਹੈ ਕਿ ਉਹ ਇਹਨਾਂ ਸਾਰੇ ਸ਼ਬਦਾਂ ਨੂੰ ਵਿਆਕਰਨ ਤੋਂ ਬਿਨਾਂ ਸਟੋਰ ਕਰਦਾ ਹੈ ਤੇ ਤੁਹਾਨੂੰ ਇਹਨਾਂ ਨੂੰ ਸਮਝਣ ਦੇ ਵਿੱਚ ਪੂਰੇ ਤਰ੍ਹਾਂ ਦੇ ਨਾਲ ਨਿਪੁੰਨ ਬਣਾ ਦਿੰਦਾ ਹੈ। ਇਸ ਦੇ ਵਿੱਚ ਤੁਸੀਂ ਕਿੰਨੇ ਜ਼ਿਆਦਾ ਨਿਪੁੰਨ ਬਣਦੇ ਹੋ ਇਹ ਤੁਹਾਡੇ ਦਿਮਾਗ ਦੀ ਪ੍ਰੋਸੈਸਿੰਗ ਅਤੇ ਮੈਮਰੀ ਦੇ ਉੱਪਰ ਨਿਰਭਰ ਕਰਦਾ ਹੈ। ਸਾਡਾ ਦਿਮਾਗ ਸਹੀ ਮਹੀਨਿਆਂ ਦੇ ਵਿੱਚ 1 ਦਿਨ ਦੇ ਵਿੱਚ 1000 ਤੋਂ ਲੈ ਕੇ 2000 ਬਿਟਸ ਤੱਕ ਦਾ ਹੀ ਡਾਟਾ ਸਟੋਰ ਕਰ ਸਕਦਾ ਹੈ। ਜੇਕਰ ਤੁਸੀਂ ਆਪਣੀ ਮਾਂ ਬੋਲੀ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਨਿਪੁੰਨ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ 1.25 ਕਰੋੜ ਬਿਟਸ ਯਾਦ ਰੱਖਣੇ ਪੈਣਗੇ, ਜਿਸ ਨੂੰ ਕਿ ਤੁਹਾਡਾ ਦਿਮਾਗ ਸਾਲੋ ਸਾਲ ਅਭਿਆਸ ਦੇ ਨਾਲ ਸਟੋਰ ਕਰ ਲੈਂਦਾ ਹੈ। ਇੱਥੇ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਡਾਟੇ ਨੂੰ ਤੁਹਾਡਾ ਦਿਮਾਗ ਸਟੋਰ ਕਰਦਾ ਹੈ ਉਹ ਰੋਬੋਟ ਤੋਂ ਬਿਲਕੁਲ ਅਲੱਗ ਹੁੰਦਾ ਹੈ। ਤੁਹਾਡਾ ਦਿਮਾਗ ਤੁਹਾਡੀ ਮਾਂ ਬੋਲੀ ਦੇ ਗ੍ਰਾਮਰ ਅਤੇ ਨਿਯਮਾਂ ਤੋਂ ਬਿਨਾਂ ਸਿਰਫ ਉਹਨਾਂ ਦੇ ਸ਼ਬਦਾਂ ਦੇ ਮਤਲਬ ਹੀ ਯਾਦ ਰੱਖਦਾ ਹੈ। ਇਹਨਾਂ ਕਾਰਨਾਂ ਕਰਕੇ ਹੀ ਚਾਹੇ 1 ਸ਼ਬਦ ਦੇ 2 ਮਤਲਬ ਹੋਣ ਅਸੀਂ ਉਸ ਨੂੰ ਝੱਟ ਦੇਣੇ ਸਮਝ ਲੈਂਦੇ ਹਾਂ। ਸਾਡੇ ਦਿਮਾਗ ਦੀ ਸਟੋਰ ਕਰਨ ਦੀ ਸਮਰੱਥਾ 1 ਅੰਦਾਜ਼ੇ ਦੇ ਮੁਤਾਬਕ 1 ਪੈਟਾਬਾਈਟ ਹੈ। ਇਹ ਇੰਨਾ ਜ਼ਿਆਦਾ ਡਾਟਾ ਹੈ ਜਿਸ ਦੇ ਨਾਲ ਤੁਸੀਂ 1 GB ਦੇ 10 ਲੱਖ ਮੈਮਰੀ ਕਾਰਡ ਭਰ ਸਕਦੇ ਹੋ। ਇੰਨੇ ਡਾਟੇ ਨੂੰ ਪ੍ਰੋਸੈਸ ਕਰਨ ਜਾਂ ਸਟੋਰ ਕਰਨ ਦੇ ਲਈ ਜੇਕਰ ਕੋਈ ਕੰਪਿਊਟਰ ਬਣਾਉਣਾ ਪਵੇ ਤਾਂ ਇਸ ਕੰਪਿਊਟਰ ਨੂੰ ਚਲਾਉਣ ਦੇ ਲਈ ਨਿਊਕਲੀਅਰ ਸਟੇਸ਼ਨ ਦੀ ਲੋੜ ਪਵੇਗੀ। ਇਸ ਨੂੰ ਚਲਾਉਣ ਦੇ ਲਈ ਇੰਨੀ ਜ਼ਿਆਦਾ એનર્ਜੀ ਦੀ ਲੋੜ ਪਵੇਗੀ ਜਿਸ ਦੇ ਨਾਲ ਤੁਸੀਂ ਦਿੱਲੀ ਦੇ 5 ਲੱਖ ਘਰਾਂ ਨੂੰ ਬਿਜਲੀ ਦੇ ਸਕਦੇ ਹੋ। ਪਰ ਸਾਡਾ ਦਿਮਾਗ ਸਿਰਫ 20 ਵਾਟ ਦੀ ਪਾਵਰ ਨੂੰ ਵਰਤ ਕੇ ਹੀ ਇੰਨੀ ਸਾਰੀ ਮੈਮਰੀ ਨੂੰ ਪ੍ਰੋਸੈਸ ਕਰ ਲੈਂਦਾ ਹੈ। ਇੱਥੋਂ ਹੀ ਪਤਾ ਚੱਲਦਾ ਹੈ ਕਿ ਸਾਡਾ ਦਿਮਾਗ ਬ੍ਰਹਿਮੰਡ ਜਾਨੀ ਕਿ ਯੂਨੀਵਰਸ ਦੀ ਸਭ ਤੋਂ ਤਕੜੀ ਅਤੇ ਅਨੋਖੀ ਚੀਜ਼ ਹੈ। ਜੇਕਰ ਅਸੀਂ ਆਪਣੇ ਦਿਮਾਗ ਨੂੰ ਪੂਰੀ ਚੰਗੀ ਤਰ੍ਹਾਂ ਦੇ ਨਾਲ ਸਮਝ ਲਿਆ ਤਾਂ ਅਸੀਂ ਆਪਣੀ ਪੂਰੀ ਸਭਿਅਤਾ ਬਦਲ ਸਕਦੇ ਹਾਂ। ਇਹ ਸਾਂਝੀ ਦਿਮਾਗ ਦੇ ਨਾਲ ਜੁੜੇ ਹੋਏ ਕੁਝ ਰੋਚਕ ਤੱਤ ਤੁਹਾਨੂੰ ਸਾਡੀ ਵੀਡੀਓ ਕਿੰਨੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ। ਸਾਡੇ YouTube ਦੇ ਚੈਨਲ ਜੋ ਟੀਵੀ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਤੇ Facebook ਦੇ ਪੇਜ ਜੋ ਟੀਵੀ ਨੂੰ ਜ਼ਰੂਰ ਫੋਲੋ ਕਰਨਾ। ਧੰਨਵਾਦ।